ਹੁਣ ਅਗਲਾ ਸ਼ੋਅ ਬਾਜੀਗਰ, ਬਾਜੀਗਰ ਦਾ ਸ਼ੋਅ ਦੁਬਾਰਾ ਫਿਰ ਬੇਨਤੀ ਹੈ ਜਲਦੀ ਪਹੁੰਚੋ। ਲੋ ਜੀ ਬਾਜੀਗਰ ਦੰਦਾਂ ਨਾਲ ਗਾਟਰ ਚੁੱਕਣ ਲੱਗਾ। ਉਧਰ ਪਹਿਲਾ ਆਈਟਮ ਉਧਰ ਹੋਣ ਜਾ ਰਿਹਾ, ਉਧਰ ਧਿਆਨ ਰੱਖਣਾ ਤੇ ਤਾੜੀਆਂ ਲਾ ਦੋ। ਪਹਿਲਾ ਆਈਟਮ ਉਧਰ ਸਟਾਰਟ ਹੋ ਚੁੱਕਿਆ ਹੈ। ਹਾਂਜੀ ਤਾੜੀਆਂ, ਹਾਂਜੀ ਧਿਆਨ ਰੱਖਣਾ, ਦੁਬਾਰਾ ਆਈਟਮ ਨਹੀਂ ਹੋਣਾ। ਵੀਡੀਓ ਬਣਾਉਣੀ ਆ ਬਣਾ ਸਕਦੇ ਆ, ਕਮਾਲ ਕਰ। ਖਿਡਾਰੀ ਕਰ ਰਿਹਾ ਲਾਸਟੀਆਂ ਦਾ ਆਈਟਮ। ਹਾਂਜੀ ਤਾੜੀਆਂ ਲਾ ਦਿਓ, ਲਾਸਟੀਆਂ ਫੜ ਕੇ ਤੇ ਹੁਣ ਤਾੜੀ ਲਾ ਦਿਓ। ਤੁਹਾਨੂੰ ਬੇਨਤੀ ਹੈ ਵੀ ਤੁਸੀਂ ਨਾ ਘਰੇ ਜਾ ਕੇ ਪੰਗਾ ਲੈ ਲਿਆ ਜੀ, ਕਿਤੇ ਘਰੇ ਜਾ ਕੇ ਬੰਨ ਕੇ ਦੋ ਡੰਡੇ ਵਿੱਚ ਫਾਸ, ਹੁਣ ਤੇ ਨਿਕਲ ਨਹੀਂ ਹੋਣਾ ਤਾਂ। ਕੰਨ ਬਚਾਲੀ ਤੇਰੇ ਕੰਨ ਤਾਂ ਪੱਟੇ ਜਾਣ, ਆਪੇ ਸਵੇਰੇ ਨਵੇਂ ਆ ਜਾਂਦੇ। ਹਾਂਜੀ ਇਸ ਤੋਂ ਬਾਅਦ ਆਨੰਦ ਨਾਲ, ਹਾਂਜੀ ਆਹ ਗੱਲ ਤੁਸੀਂ ਸਾਰਿਆਂ ਨੇ ਧਿਆਨ ਨਾਲ ਸੁਣਨੀ ਆ, ਖਾਸ ਕਰਕੇ ਭੈਣਾਂ ਨੇ। ਸੱਤ ਦਾ ਸੰਤਿਓ ਰਹੇ ਆਨੰਦ ਨਾ, ਸੱਤ ਦਾ ਕਵੀਸ਼ਰ ਬਣਾਵੇ ਛੰਦ ਨਾ, ਕਦਾ ਪਨੀਕ ਪਰਦਾ ਨੀ ਬਾਣੀ ਨੂੰ, ਤੇ ਸਿੱਧ ਕਦਾ ਪੁੱਛੇ ਜੋ ਮੜੀ ਤੇ ਮਸਾਣੀ ਨੂੰ। ਸੱਤ ਦਾ ਸੱਪ ਜੋ ਮਾਰੇ ਡੰਗ ਨਾ, ਸੱਸ ਦਾ ਗੁਜ਼ਾਰੇ ਵਾਲਾ ਲੜੇ ਨੰਗ ਨਾ, ਕਦੇ ਉਹ ਗਰੀਬਾਂ ਉੱਤੇ ਕਰੇ ਰਹਿਮ ਨਾ, ਸੱਸ ਦੀ ਉਹ ਘੜੀ ਪੂਰਾ ਦੇਵੇ ਟੈਮ ਨਾ। ਫਿਰ ਦੱਸਿਆ ਔਰਤ ਸੁਹਾਗਣ ਕਿਵੇਂ ਕਹਾਵੇਗੀ, ਸਾਰਾ ਫੇਰ ਦੱਸੀ ਔਰਤ ਸੁਹਾਗਣ ਕਿਵੇਂ ਕਹਾਵੇਗੀ, ਪਤੀ ਤੋਂ ਬਗੈਰ ਪਹਿਲਾਂ ਖਾਣਾ ਖਾਵੇਗੀ। ਅੱਜ ਕੱਲ ਤਾਂ ਫਿਰ ਸਾਰੀਆਂ ਭੈਣਾਂ ਪਹਿਲਾਂ ਖਾ ਕੋ ਲੈਣੀ, ਹੋਰ ਕਿਉਂ, ਮੱਛੀ ਦਾ ਕੀ ਪਤਾ ਪੀਕੇ ਡੂਰ ਬੋਤਲ ਉੱਥੇ ਖੇਤਰ ਲੁੱਟੀ ਜਾਵੇ, ਇਹ ਘਰੇ ਭੁੱਖੀਆਂ ਡਿੱਗੀ ਆ। ਮੈਂ ਤੁਹਾਡੀ ਗੱਲ ਨੀ ਕੀਤੀ, ਬਿਨਾਂ ਤੋਂ ਉਹੀ ਦੱਸਦਾ। ਅਗਲੀ ਗੱਲ ਸੁਣ, ਪਤੀ ਕਦਾ ਨਾਰੀ ਤੇ ਵੰਡਾਵੇ ਦੁੱਖ ਨਾ, ਪੈਸੇ ਹੋਣ ਪਾਸ ਤੀਮੀ ਮਰੇ ਭੁੱਖ ਨਾ, ਅੰਮ੍ਰਿਤ ਛੱਕ ਕੇ ਗਵਾਵੇ ਬਹਿਮ ਨਾ, ਸੱਸ ਦੀ ਉਹ ਘੜੀ ਪੂਰਾ ਦੇਵੇ ਟੈਮ ਨਾ। ਚੇਲਾ ਕਹਦਾ ਗੁਰੂ ਨੂੰ ਜੋ ਮੱਥਾ ਟੇਕੇ ਨਾ, ਦੁਬਾਰਾ ਫੇਰ ਦੱਸੀ, ਚੇਲਾ ਕਹਦਾ ਗੁਰੂ ਨੂੰ ਜੋ ਮੱਥਾ ਟੇਕੇ ਨਾ, ਤੇ ਨੌ ਕਹਦੀ ਸੱਸ ਦੇ ਜਵਾਰੇ ਟੇਕੇ ਨਾ। ਐਨਾ ਕਿਆ ਕਰੇ ਨਾ, ਜਾਂਦਿਆ ਸਰ ਪੱਕੀ ਜੀ ਵੇਖ ਕੇ ਢਾ ਲੈਣਗੇ, ਤੜ ਜਿਹਨੂੰ ਲੱਕੜਾਂ ਦੇ ਪੈਣ ਦੀ ਕਰ ਦੇਣੀਆਂ ਕੁੱਟ ਕੁੱਟ। ਕੋਈ ਗੱਲ ਨੀ, ਕਣਕ ਜਿਹੜੀ ਤੰਗ ਕਰਨੀ ਘਾ ਲਿਆ ਕਰੋ, ਕੋਈ ਚੱਕਰ। ਹਾਂਜੀ ਹਾਂਜੀ ਕੱਢ ਦਿਆ ਕਰੋ, ਹੋਰ ਮਾਤਾ ਕੱਢ ਦਿਆ ਕਰ, ਟਿਪ ਡਰਿਆ ਨਾ ਕਰ, ਮੁਆਲੇ ਲੜਾਈ ਨਾਲੇ ਘਰੇ। ਸਰ ਸਰੀਏ ਦੀ ਕੁੰਡੀ ਮੈਂ ਬਣਾਉਣੀ ਤੇ ਤਾੜੀਆਂ ਤੁਸੀਂ ਲਾਓ। ਹਾਂਜੀ ਤਾੜੀਆਂ ਲਾਓ।
ਕਿੰਨਾ ਦੋਸਤਾਂ ਸਾਰੇ ਚੱਕ ਕੇ ਡੈਰੀਆਂ ਨੂੰ ਪੜਾ ਫਿਰ ਬੱਚਿਆਂ ਨੂੰ ਵੀ ਉਹਨਾਂ ਤੇ ਖੰਡੇ ਦੀਆਂ ਬੋਲਾਂ ਨਾਲ ਚੱਕ ਦਿੰਦੇ ਆ ਹੁਣ ਤੱਕ ਦਿਖਾ ਕਿਆ ਹੋਇਆ ਤਾੜੀਆਂ ਲਾ ਦੋ ਜੀ ਰਿੰਗ ਚੋਂ ਤਿੰਨ ਖੜਾ ਨੀ ਲੰਘਣੇ ਛੋਟਾ ਖਿਡਾਰੀ ਆ ਗਿਆ ਸ਼ਕਤੀਮਾਨ।
ਹੈ ਵੀ ਆਵਾ ਟੁੱਟ ਜਾਣਾ ਇਸਨੇ ਧਿਆਨ ਰੱਖਣਾ ਤੁਹਾਨੂੰ ਬੱਚਿਆਂ ਨੂੰ ਫੜ ਕੇ ਰੱਖੋ ਜੀ ਸਾਡਾ